ਸੁਪਨੇ ਸੁਪਨੇ ਤਾਂ ਹਰ ਕੋਈ ਦੇਖਦਾ, ਪਰ ਉਹਨਾਂ ਨੂੰ ਪੂਰਾ ਕਰਨਾ ਹਰ ਕਿਸੇ ਦੇ ਹੱਥ ਨਹੀਂ ਹੁੰਦਾ। ਕੋਈ ਤਾਂ ਕੋਸ਼ਿਸ਼ ਕਰਦਾ ਹੈ ਅਤੇ ਕੋਈ ਹਾਰ ਮੰਨ ਕੇ ਇੱਕੋ ਥਾਂ 'ਤੇ ਬੈਠ ਜਾਂਦਾ ਹੈ। ਵੈਸੇ ਕਿਹਾ ਜਾਂਦਾ ਹੈ ਕਿ ਸੁਪਨੇ ਉਹ ਨਹੀਂ ਹੁੰਦੇ ਜੋ ਤੁਸੀਂ ਸੁੱਤੇ ਹੋਏ ਦੇਖਦੇ ਹੋ, ਬਲਕਿ ਸੁਪਨੇ ਤਾਂ ਉਹ ਹੁੰਦੇ ਨੇ ਜੋ ਤੁਹਾਨੂੰ ਸੌਣ ਹੀ ਨਹੀਂ ਦਿੰਦੇ। ਸੋ ਮੇਰਾ ਵੀ ਇੱਕ ਸੁਪਨਾ ਸੀ ਕਨੇਡਾ ਆਉਣ ਦਾ ਅਤੇ ਇਸ ਬੇਗਾਨੀ ਧਰਤੀ 'ਤੇ ਆਪਣੇ ਆਪ ਨੂੰ ਸਾਬਿਤ ਕਰਨ ਦਾ। ਇੰਨਾ ਵੀ ਸੌਖਾ ਨਹੀਂ ਸੀ ਇੱਥੇ ਤੱਕ ਪਹੁੰਚਣਾ, ਪਰ ਮੇਰੇ ਪਰਿਵਾਰ ਅਤੇ ਭੈਣ ਦੀਆਂ ਦੁਆਵਾਂ ਨੇ ਸਾਰੇ ਰਾਹ ਆਸਾਨ ਕਰ ਦਿੱਤੇ। ਬੜੀ ਹੱਡ ਤੋੜ ਮਿਹਨਤ ਕੀਤੀ, ਰਾਤਾਂ ਦੀ ਨੀਂਦ ਸ਼ਿਫਟਾਂ ਦੇ ਲਿਖੇ ਲਾਈ। ਸੋ ਇੱਥੇ ਆ ਕੇ ਮਾਂ ਬੋਲੀ ਪੰਜਾਬੀ ਨੇ ਵੀ ਬਹੁਤ ਸਾਥ ਦਿੱਤਾ। ਗੁਰਪ੍ਰੀਤ ਸਿੰਘ ਤੋਂ ਆਰ ਜੀ ਗੁਰਪ੍ਰੀਤ ਸਿੰਘ ਇਹਦੇ ਸਦਕਾ ਹੀ ਬਣਿਆ। ਬਹੁਤ ਕੁਛ ਹਾਸਲ ਕਰ ਲਿਆ, ਪਰ ਮੰਜ਼ਿਲ ਹਾਲੇ ਵੀ ਦੂਰ ਹੈ ਅਤੇ ਸਫ਼ਰ ਵੀ ਚੱਲ ਰਿਹਾ ਹੈ। ਸੋ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਦੇ ਪਿਆਰ ਦੇ ਦੁਆਵਾਂ 'ਚ ਇੰਨਾ ਅਸਰ ਸੀ ਕਿ ਮੇਰੇ ਕਦਮ ਕਦੇ ਰੁਕੇ ਨਹੀਂ। ਮੈਂ ਚੱਲਣਾ ਹਾਂ ਅਤੇ ਮੈਂ ਚੱਲ ਰਿਹਾ ਹਾਂ। ਧੰਨਵਾਦ।